ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਜੋਤ ਜੀ, ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ। ਅੱਛਾ ਭਾਅ ਜੀ, ਮੈਂ ਦੇਖ ਰਿਹਾ ਹੈ ਨਾ ਤੁਸੀਂ ਇੱਥੇ ਮਿਹਨਤ ਕਰ ਰਹੇ ਹੋ, ਇਹ ਚੀਜ਼ਾਂ ਜਿਹੜੀਆਂ ਨੇ ਨਾ ਇੱਥੇ ਸ਼ਰਮ ਨਹੀਂ ਹੈ, ਮਿਹਨਤ ਸ਼ਰਮ ਨਹੀਂ ਹੈਗੀ, ਹੈ ਨਾ? ਤੁਸੀਂ ਲੇਬਰ ਕਰ ਰਹੇ ਹੋ ਭਾਵੇਂ ਜਿਵੇਂ ਮਰਜ਼ੀ, ਇਹ ਚੀਜ਼ਾਂ ਲੇਬਰ 'ਤੇ ਲਾਈਆਂ ਹੋਈਆਂ ਨੇ। ਕਿਵੇਂ ਦੇਖ ਰਹੇ ਹੋ ਇਸ ਚੀਜ਼ ਨੂੰ, ਹੈ ਨਾ, ਵੀ ਅੱਜ ਕੱਲ੍ਹ ਬੱਚੇ ਬਾਹਰ ਜਾ ਰਹੇ ਨੇ? ਅਸੀਂ ਤਾਂ ਬਾਹਰ ਲਈ ਜਿਹੜੇ ਬੱਚੇ ਜਾ ਰਹੇ ਹੈ ਬਹੁਤ ਚਿੰਤਤ ਹੈ ਉਹਨਾਂ ਤੋਂ, ਕਿਉਂਕਿ ਆਪਣਾ ਇੰਨਾ ਸੋਹਣਾ ਰੰਗਲਾ ਪੰਜਾਬ ਛੱਡ ਕੇ ਬਾਹਰ ਜਾ ਰਹੇ ਹੈ। ਇੱਥੇ ਕਰਨ ਨੂੰ ਬਹੁਤ ਕੁਛ ਹੈ, ਮੈਂ ਸ਼ਟਰਿੰਗ ਦੀ ਦੁਕਾਨ ਪਾਈ ਹੋਈ ਹੈ, ਨਾਲ ਆਰਟ ਦੀ ਹੈ, ਨਾਲ ਕੰਸਟਰਕਸ਼ਨ ਦਾ ਵੀ ਹੈ ਥੋੜ੍ਹਾ ਮੋਟਾ। ਪਹਿਲਾਂ ਫੈਕਟਰੀਆਂ ਸੰਘਰਸ਼ ਵੀ ਕਰਿਆ, ਦਿਹਾੜੀ ਵੀ ਕਰੀ ਹੈ, ਉਰੇ ਤੋਂ ਉੱਠ ਕੇ ਮਤਲਬ ਹੌਲੀ ਹੌਲੀ ਆਪਣਾ ਕੰਮ ਵਧਾਇਆ, ਹੁਣ ਵੀ ਅੱਜ ਆਪਣੇ ਹੱਥਾਂ ਨਾਲ ਆਪਣੀ ਮਿਹਨਤ ਕਰਦੇ ਹਾਂ ਅਤੇ ਬਹੁਤ ਵਧੀਆ ਉਰੇ। ਇੱਕ ਗੱਲ ਪੁੱਛਾਂ, ਤੁਸੀਂ ਕਿਹਾ ਨਾ ਤੁਸੀਂ ਫੈਕਟਰੀ ਦਿਹਾੜੀ ਕੀਤੀ ਆ, ਉਸ ਚੀਜ਼ ਤੋਂ ਕੀ ਸਿੱਖਿਆ, ਹੈ ਨਾ, ਵੀ ਜਦੋਂ ਤੁਸੀਂ ਇੱਕ ਸੋਚਦੇ ਤਾਂ ਹੋਵੋਗੇ ਯਾਰ ਮੈਂ ਉਦੋਂ ਇਹ ਚੀਜ਼ਾਂ ਕਰਦਾ ਸੀ, ਹਾਂ ਯਾਰ ਇਹ ਚੀਜ਼ਾਂ ਨਾ ਮੈਨੂੰ ਅੱਜ ਫਾਇਦਾ ਦੇ ਰਹੀਆਂ ਨੇ, ਅਤੇ ਉਹ ਚੀਜ਼ ਮੈਂ ਦੇਖਦਾ ਵੀ ਹਾਂ ਯਾਰ ਉਹ ਮੇਰੀ ਮਿਹਨਤ ਆ ਅਤੇ ਅੱਜ ਮੈਂ ਤਾਂ ਹੀ ਇੱਥੇ ਹਾਂ। ਦੇਖੋ ਜੀ, ਫੈਕਟਰੀ ਜਿਹੜੀ ਦਿਹਾੜੀ ਹੈ ਜਾਂ ਆਪਾਂ ਕਿਤੇ ਜਾਂਦੇ ਹਾਂ ਫੈਕਟਰੀ 'ਚ ਲੱਗਦੇ ਹਾਂ, ਤਾਂ ਉੱਥੇ ਸਿਰਫ ਆਪਣੇ ਘਰ ਦਾ ਗੁਜ਼ਾਰਾ ਚਲਾ ਸਕਦੇ ਹਾਂ, ਉਹਨੂੰ ਵਧਾ ਨਹੀਂ ਸਕਦੇ ਆਪਾਂ। ਇਹ ਕਾਰਪੋਰੇਟ ਘਰਾਣੇ ਕਿਵੇਂ ਕਿਵੇਂ ਵੱਧ ਗਏ, ਉਹਨਾਂ ਨੇ ਫੈਕਟਰੀਆਂ ਲਾਈਆਂ ਅਤੇ ਵੱਡੇ ਵੱਡੇ ਕਾਰਖਾਨੇ ਲਾਏ ਅਤੇ ਉਹ ਵਧੇ। ਅਸੀਂ ਵੀ ਇਹ ਸੋਚ ਰਹੇ ਹਾਂ ਕਿ ਦੇਖੋ ਪਹਿਲਾਂ ਮੈਂ ਆੜ ਦੀ ਦੁਕਾਨ ਪਾਪਾ ਦੀ ਕਰੀ ਹੋਈ ਹੈ, ਉਹਨੂੰ ਨਾਲ ਚਲਾ ਰਹੇ ਹਾਂ, ਨਾਲ ਪਲੱਸ ਸ਼ਟਰਿੰਗ ਕਰ ਲਈ ਆਪਣੀ, ਅਤੇ ਨਾਲ ਛੋਟਾ ਮੋਟਾ ਮਿਸਤਰੀਆਂ ਦੇ ਨਾਲ ਕੰਸਟਰਕਸ਼ਨ ਦਾ ਕੰਮ ਕਰਾਉਂਦੇ ਹਾਂ ਅਤੇ ਉਹ 'ਚ ਵੀ 4 ਪੈਸੇ ਆਉਂਦੇ ਹੈ। ਅਤੇ ਮੈਂ ਇਹ ਸੋਚਦਾ ਕਿ ਬਾਹਰ ਜਾਣ ਨਾਲੋਂ ਉਰੇ ਕੰਮ ਮਿਹਨਤ ਕਰੀ ਜਾਏ ਤਾਂ ਬਹੁਤ ਵਧੀਆ। ਹਾਂ, ਬੰਦਾ ਬੁੰਦਾ ਨਹੀਂ ਰੱਖਦੇ ਸਰ, ਆਪੇ ਕੰਮ ਆਪਾਂ ਆਪਣੇ ਹੱਥਾਂ ਨਾਲ ਕੰਮ ਕਰਦੇ ਹਾਂ, ਜਿਵੇਂ ਸ਼ਟਰਿੰਗ ਸਾਫ਼ ਕਰਨੀ ਹੈ ਜਾਂ ਟਰਾਲੀ ਲੱਦਣੀ ਹੈ, ਕੁਛ ਕਰਨਾ ਆਪੇ ਕਰਦੇ ਹਾਂ, ਕਿਸੇ ਨੂੰ ਲੋੜ ਨਹੀਂ ਗਈ ਬੰਦਾ ਵੀ ਕੋਈ ਬੰਦਾ ਰੱਖਣਾ ਉਹਨੂੰ ਪੈਸੇ ਦੇਣ ਵਾਸਤੇ, ਆਪੇ ਮਿਹਨਤ ਕਰਕੇ ਖੁਸ਼ ਨੇ ਬੰਦੇ ਇਹ। ਵੀਰੇ, ਇੱਕ ਬੰਦਾ ਨਾ ਸ਼ਰਮ ਕਰਦਾ, ਹੈ ਨਾ, ਇਹਨਾਂ ਨੂੰ ਕੋਈ ਸ਼ਰਮ ਨਹੀਂ, ਕੋਈ ਕੁਛ ਨਹੀਂ, ਤਾਂ ਕਹਿੰਦੇ ਵੀ ਸਾਡੇ ਕੰਮ ਕਰਦਾ ਮੁਸ਼ਕਿਲ ਨਾਲ ਮਿਲਦਾ, ਵਧੀਆ ਕੰਮ ਤੋਰ ਰਿਹਾ, ਸ਼ਟਰਿੰਗ ਦਾ ਕੰਮ ਹੈ, ਵਧੀਆ ਸਾਫ਼ ਸਫਾਈ ਸਾਰੇ ਦਿਨ ਕੰਮ ਕਰਦੇ ਰਹਿੰਦੇ ਹਾਂ, ਕੋਈ ਕੋਈ ਜਿਵੇਂ ਕੋਈ ਕੋਈ ਸ਼ਟਰਿੰਗ ਦਾ ਸਮਾਨ ਲੈ ਕੇ ਜਾਣਾ ਕਿਸੇ ਉਹਨਾਂ ਨੇ, ਤਾਂ ਆਪ ਹੀ ਲੱਦਣਗੇ ਉਹ ਚੋਂ ਟਰਾਲੀ 'ਚ, ਆਪ ਹੀ ਤਾਰਨਗੇ, ਕੋਈ ਸ਼ਰਮ ਨਹੀਂ ਕਰਦੇ, ਵਧੀਆ ਮਿਹਨਤੀ ਬੰਦੇ, ਫਸਟ ਕਲਾਸ, ਵਧੀਆ ਕੰਮ ਚਾਰ ਆਰਟ ਦਾ ਕੰਮ ਕੀਤਾ ਜਾਂਦਾ। ਮਨੀਮ, ਅਸੀਂ ਮਿਹਨਤ ਤਾਂ ਆਪਣੀ ਕਰਦੇ ਹੀ ਕਰਦੇ ਹਾਂ, ਨਾਲ ਨਾਲ ਪਲੱਸ 30 ਲੇਬਰ ਬਿਹਾਰੀ ਬੰਦੇ ਮੇਰੇ ਕੋਲ ਆਉਂਦੇ ਆ ਆੜ 'ਚ, ਹੁਣ ਵੀ ਮੇਰੇ ਕੋਲ ਆਏ ਹੋਏ ਹੈ, ਨਾਲ ਮੈਨੂੰ ਕਮਿਸ਼ਨ ਦੇ ਕੇ ਜਾਂਦੇ ਹੋ, ਨਾਲ ਆਪਣਾ ਕੰਮ ਕਰਦੇ ਆ, ਨਾਲੇ ਉਹਨਾਂ 30 ਬੰਦਿਆਂ ਨੂੰ ਰੁਜ਼ਗਾਰ ਦਿੱਤਾ ਹੋਇਆ, ਐਡਵਾਂਸ ਪੈਸੇ ਭੇਜ ਕੇ ਉਹਨਾਂ ਨੂੰ ਬੁਲਾਈ ਦਾ, ਅਤੇ ਅੱਜ ਵੀ ਉਹਨਾਂ ਭੇਜੇ ਹੋਏ ਆ, ਆਲੂ ਪੱਟਣ ਗਏ ਹੋਏ ਆ ਕਿਸੇ ਦੂਜੇ ਪਾਸ ਪਾਲਟੀ ਦੇ ਆਪਣੇ ਦੇ ਭਰਾ ਦੇ, ਅਤੇ ਉਸ ਤੋਂ ਬਾਅਦ ਕਣਕ ਦਾ ਸੀਜ਼ਨ ਲਾਣਗੇ ਮੇਰੇ ਕੋਲ, ਫਿਰ ਜੀਰੀ ਦਾ ਲਾਣਗੇ, ਮਤਲਬ ਕਿ ਨਾਲੇ ਤਾਂ ਅਸੀਂ ਆਪਣਾ ਕਾਰੋਬਾਰ ਕਰ ਰਹੇ ਹਾਂ, ਨਾਲੇ ਪਲੱਸ 30 ਬੰਦਿਆਂ ਨੂੰ ਰੁਜ਼ਗਾਰ ਦਿੱਤਾ ਹੋਇਆ ਉਰੇ। ਜੇ ਤੁਹਾਨੂੰ ਮੈਂ ਕਹਾਂ ਕੈਨੇਡਾ ਕੀ ਪੰਜਾਬ, ਕਿੱਥੇ ਜਾਓਗੇ? ਨਹੀਂ ਨਹੀਂ ਪੰਜਾਬ, ਬਿਲਕੁਲ ਪੰਜਾਬ ਜੀ, ਕੈਨੇਡਾ ਵੱਲ ਤਾਂ ਅਸੀਂ ਮੂੰਹ ਨਹੀਂ ਕਰਦੇ ਹੈਗੇ, ਉਰੇ ਸਾਡਾ ਕੈਨੇਡਾ ਬਣਿਆ ਹੋਇਆ ਜੀ, ਚੰਗੀ ਦਾਲ ਰੋਟੀ ਖਾ ਰਹੇ ਹਾਂ ਅਤੇ ਬਿੱਲੇ ਆਰਾਮ 'ਤੇ ਬੈਠੇ ਹਾਂ, ਦੋ ਬੰਦੇ ਆਣ ਕੇ ਸਲੂਟ ਮਾਰਦੇ ਹੈ, ਸਤਿ ਸ਼੍ਰੀ ਅਕਾਲ ਕਰਦੇ ਹੈ, ਉੱਥੇ ਸਾਨੂੰ ਆਪ ਜਾ ਕੇ ਕੰਮ ਕਰਨਾ, ਅਸੀਂ ਕੰਮ ਕਰ ਚੁੱਕੇ ਹਾਂ ਪਹਿਲਾਂ ਫੈਕਟਰੀਆਂ 'ਚ ਅਤੇ ਉਹ ਦੁਬਾਰੇ ਨਹੀਂ ਕਰਨਾ, ਹੁਣ ਕਰਾਉਣਾ ਅਸੀਂ, ਹੁਣ ਕਰਾਉਣ ਵਾਲੀ ਕੰਮ ਹੈ, ਨਾਲ ਮਿਹਨਤ ਕਰਨੀ ਹੈ ਅਤੇ ਨਾਲ ਕਰਵਾਉਣੀ ਹੈ। ਮੈਂ ਇੱਕ ਚੀਜ਼ ਹੋਰ ਪੁੱਛਦਾ, ਜਦੋਂ ਨਾ ਗਰੀਬੀ ਹੁੰਦੀ ਹੈ, ਗਰੀਬੀ ਦਾ ਅਸਲ ਦੌਰ ਕੀ ਹੁੰਦਾ, ਜਦੋਂ ਉਹ ਗਰੀਬੀ ਆਉਂਦੀ ਹੈ ਨਾ, ਹਰੇ ਕਹਿੰਦਾ ਮੈਂ ਯਾਰ ਇੰਨੀ ਮਿਹਨਤ ਕੀਤੀ, ਮੈਂ ਇੰਨੀ ਮਿਹਨਤ ਕੀਤੀ, ਅਸਲ ਗਰੀਬੀ ਕਿੱਥੇ ਆਉਂਦੀ ਆ? ਗਰੀਬੀ ਤਾਂ ਦੇਖੋ ਜੀ, ਜੇ ਆਪਾਂ ਆਪ ਮਿਹਨਤ ਨਹੀਂ ਕਰਦੇ, ਕੰਮ ਨੂੰ ਪੈਂਡਿੰਗ ਨਹੀਂ ਰੱਖਣਾ, ਕੰਮ ਨੂੰ ਅਗਰ ਪੈਂਡਿੰਗ ਰੱਖੋ ਤਾਂ ਗਰੀਬੀ ਆਏਗੀ, ਕੰਮ ਨੂੰ ਤੁਸੀਂ ਨਿਪਟਾਉਂਦੇ ਜਾਓ, ਐਡਵਾਂਸ ਆਪਣੇ ਮਿਹਨਤ ਰੱਖੋ ਅਤੇ ਕੋਈ ਗਰੀਬੀ ਨਹੀਂ ਆਏਗੀ, ਕੰਮ ਬਹੁਤ ਹੈ ਹਰੇ ਪੰਜਾਬ 'ਚ, ਬੜੇ ਕੰਮ ਹੈ। ਕਦੇ ਤੁਸੀਂ ਸੋਚਿਆ ਵੀ ਜੇ ਕੁਛ ਕਿਸੇ ਨੂੰ ਦੇਖ ਕੇ ਕਦੇ ਐਂ ਖਿਆਲ ਆਇਆ ਯਾਰ ਉਹ ਬੰਦੇ ਕੋਲ ਉਹ ਚੀਜ਼ ਨਹੀਂ ਹੈ ਅਤੇ ਮੈਨੂੰ ਰੱਬ ਨੇ ਉਹ ਚੀਜ਼ ਦਿੱਤੀ ਹੋਈ ਹੈ, ਮੈਂ ਤਾਂ ਹੀ ਰੱਬ ਦਾ ਸ਼ੁਕਰ ਨਹੀਂ ਮਨਾ ਰਿਹਾ? ਨਹੀਂ ਨਹੀਂ ਦੇਖੋ ਜੀ, ਪਰਮਾਤਮਾ ਦੀ ਖੇਡ ਹੈ, ਹੁਣ ਬਿਹਾਰ ਤੋਂ ਜਾਂ ਯੂਪੀ ਤੋਂ ਜਾਂ ਨੇਪਾਲ ਤੋਂ ਆ ਕੇ ਰੇਹੜੀਆਂ ਲਾ ਰਹੇ ਹੈ,
ਕੁਲਚੇ ਬਣਾ ਰਿਹਾ, ਕੋਈ ਬਰਗਰ ਬਣਾ ਰਿਹਾ, ਉਹ ਹਜ਼ਾਰ ਹਜ਼ਾਰ ਰੁਪਏ ਦਿਹਾੜੀ ਪਾ ਦੇ। ਪਰ ਜਿਹੜੇ ਸਾਡੇ ਪੰਜਾਬੀ ਹੈ ਸ਼ਰਮ ਦੇ ਮਾਰੇ ਉਰੇ ਨਹੀਂ ਜਾ ਕੇ, ਕਨੇਡਾ 'ਤੇ ਤਾਂ ਰੇਹੜੀਆਂ ਲਾ ਲੈਣਗੇ, ਕਨੇਡੀਆਂ ਤਾਂ ਦਿਹਾੜੀਆਂ ਕਰ ਲੈਣਗੇ, ਉਰੇ ਨਹੀਂ ਕਰਦੇ, ਉਰੇ ਸ਼ਰਮ ਮੰਨਦੇ ਹੈ। ਮੈਂ ਕਹਿੰਦਾ ਵੀ ਸ਼ਰਮ ਨਾ ਮੰਨੋ, ਆਪਣਾ ਕਿੱਤਾ ਆਪਣਾ ਕੰਮ ਕਰੋ, ਆਪਣੇ ਖੇਤ 'ਚ ਆਪ ਮਿਹਨਤ ਕਰੋ। ਹੁਣ ਜਿਹੜੇ ਬੱਚੇ ਹੈ ਅੱਜ ਕੱਲ੍ਹ ਦੇ ਜਿਹੜੇ ਪੰਜਾਬੀ ਹੈ ਅਤੇ ਆਪ ਘਰ ਸੁੱਤੇ ਪੈ ਰਹਿਣਗੇ ਅਤੇ ਦਿਹਾੜੀ 'ਤੇ ਲੈ ਕੇ ਬੰਦਾ ਉੱਥੇ ਖਾਦ ਪਵਾਉਂਦੇ ਹੈ ਜਾਂ ਸਪਰੇਅ ਕਰਾਉਂਦੇ ਹੈ, ਅਗਰ ਉਹੀ ਸਪਰੇਅ ਆਪ ਕਰਨ ਉਹ 4 ਪੈਸੇ ਬਚਣ। ਪੈਸੇ ਦੀ ਵੈਲਿਊ ਨਹੀਂ ਨਾ ਪਤਾ, ਪੈਸੇ ਦੀ ਵੈਲਿਊ ਇਸ ਕਰਕੇ ਨਹੀਂ ਪਤਾ ਕਿ ਮਾਂ ਬਾਪ ਦੇ ਸਿਰ 'ਤੇ ਹੈ ਹਲੇ। ਜਦੋਂ ਆਪ ਆਉਂਦੇ ਹਾਂ ਅਤੇ ਕਹਿੰਦੇ ਵੀ ਜ਼ਮੀਨ ਵੇਚੋ ਅਤੇ ਅਸੀਂ ਬਾਹਰ ਜਾਣਾ, ਗਲ ਗੁੱਠਾ ਦੇ ਕੇ ਬੱਚੇ ਜ਼ਮੀਨਾਂ ਵਿਕਵਾ ਕੇ, ਪਲਾਟ ਵਿਕਵਾ ਕੇ ਜਾਂ ਜੋ ਵੀ ਜਮ੍ਹਾਂ ਪੂੰਜੀ ਬਜ਼ੁਰਗਾਂ ਦੀ ਕਰੀ ਹੁੰਦੀ ਹੈ ਉਹਨੂੰ ਵੇਚ ਕੇ ਬਾਹਰ ਜਾ ਰਹੇ ਹਾਂ। ਤੁਹਾਡਾ ਮੁੰਡਾ ਕਹਿੰਦਾ ਵੀ ਮੈਨੂੰ ਬਾਹਰ ਭੇਜੋ? ਨਹੀਂ, ਅਸੀਂ ਤਾਂ ਭੇਜਣਾ ਦੀ ਜੀ, ਕਹਿ ਰਿਹਾ ਉਹਦੇ ਵੀ ਦੋਸਤ ਫੋਨ ਕਰੀ ਜਾਂਦੇ ਆ। ਪਤਾ ਕੀ ਹੈ ਜੀ, ਉਹ ਜਿਹੜੇ ਬੱਚੇ ਬਾਹਰ ਜਾ ਕੇ ਇੱਕ ਤਾਂ ਕੁਛ ਨਹੀਂ ਕਰ ਰਹੇ, ਮੈਂ ਇਹ ਸੋਚਦਾ ਜਿੰਨੇ ਵੀ ਬੱਚੇ ਬਾਹਰ ਗਏ ਹੋਏ, ਸਾਡੇ ਪਿੰਡ ਤੋਂ ਵੀ ਬਹੁਤ ਬੱਚੇ 250 ਬੱਚਾ ਬਾਹਰ ਗਿਆ ਹੋਇਆ ਅਤੇ ਕਿਸੇ ਬੱਚੇ ਨੇ ਕੋਈ ਉਰੇ ਕਾਰਖਾਨਾ ਨਹੀਂ ਲਾਇਆ, ਕਿਸੇ ਨੂੰ ਰੁਜ਼ਗਾਰ ਨਹੀਂ ਦਿੱਤਾ, ਸਿਰਫ ਚੱਪਲ ਵਰਗਾ ਮੋਬਾਈਲ ਅਤੇ ਵੱਡੀ ਸਾਰੀ ਕੋਠੀ ਅਤੇ ਵੱਡੀ ਸਾਰੀ ਕਾਰ, ਇਸ ਤੋਂ ਉੱਪਰ ਕੁਛ ਨਹੀਂ ਕਰਦੇ ਉਹ। ਕੰਮ ਕਰਨ ਦਾ ਸਾਧਨ ਨਹੀਂ ਬਣਾਇਆ? ਨਹੀਂ ਨਹੀਂ ਕੰਮ ਕਰਨ ਦਾ ਸਾਧਨ ਬਣਾਉਣ ਨਾ, ਉਹੀ ਤਾਂ ਅਸੀਂ ਇਹਨੂੰ ਵਾਰ ਵਾਰ ਰਿਕੁਐਸਟ ਕਰਦੇ ਹਾਂ ਵੀ ਉਰੇ ਬੱਚਿਆਂ ਨੂੰ ਰੁਜ਼ਗਾਰ ਦਿਓ, ਅਤੇ ਉਹ ਬਸ ਗੱਡੀ ਲੈ ਲੈਣਗੇ ਉਹਦੀ ਕਿਸ਼ਤਾਂ ਭਰੀ ਜਾਣਗੇ, ਉੱਥੇ ਮਕਾਨ ਲੈ ਲੈਣਗੇ ਉੱਥੋਂ ਵੱਡਾ ਮਕਾਨ ਲੈਣਗੇ, ਸਾਰੀ ਉਮਰ ਉਹਨਾਂ ਦੀ ਕਿਸ਼ਤਾਂ ਭਰਦੇ ਹੀ ਲੰਘ ਜਾਂਦੀ ਹੈ। ਉਹ ਇੱਕ ਸੰਤੁਸ਼ਟ ਇਹ ਹੈ ਕਿ ਅਸੀਂ ਆਜ਼ਾਦ ਹੋ ਗਏ, ਬਸ ਕਰਦਿਆਂ ਦੀ ਟੁੱਕ ਟੱਕ ਤੋਂ ਜਿਹੜੀ ਮਾੜਾ ਮਾੜਾ ਟੁੱਕਾ ਟਾਕੀ ਕਰਦੇ ਹਾਂ, ਜਿਵੇਂ ਚਾਚੇ ਤਾਏ ਬੋਲਦੇ ਹਾਂ ਨਹੀਂ ਬੱਚਾ ਇਹ ਨਹੀਂ ਕਰਨਾ ਉਹ ਨਹੀਂ ਕਰਨਾ, ਉਸ ਤੋਂ ਆਜ਼ਾਦ ਹੋ ਕੇ ਬਾਹਰ ਜਾਂਦੇ ਹਾਂ, ਹੋਰ ਤਾਂ ਮੈਨੂੰ ਤਾਂ ਲੱਗਦਾ ਨਹੀਂ ਕੁਛ ਕਰਨ ਜਾਂਦੇ ਉਹ। ਮਹਾਰਾਸ਼ਟਰ ਵੱਲ ਤੁਸੀਂ ਗੱਲ ਦੇਖਿਆ, ਉੱਥੇ ਕਿੰਨੇ ਬਿਜ਼ਨਸ ਮਾਈਂਡਡ ਨੇ, ਸਾਰੇ ਬੰਦੇ ਬਿਜ਼ਨਸ ਮਾਈਂਡਡ ਨੇ, ਉਹਨਾਂ ਨੂੰ ਆਉਂਦਾ ਅਸੀਂ ਆਪਣਾ ਬਿਜ਼ਨਸ ਖੜਾ ਕਰੀਏ, ਪਰ ਆਪਣੇ ਵਾਲੇ ਨਹੀਂ ਚਾਹੁੰਦੇ ਹੁੰਦੇ। ਰਿਸਕ ਟੇਕਿੰਗ ਐਬਿਲਿਟੀ ਹੋਣੀ ਚਾਹੀਦੀ ਹੈ ਮੇਨ ਤਾਂ ਜੀ, ਬਿਜ਼ਨਸ ਕਰਨਾ ਕੋਈ ਵੀ ਉਹ ਬਸ ਉਹ ਤੋਂ ਝਿਜਕਦੇ ਨੇ, ਹੋਰ ਤਾਂ ਕੋਈ ਨਹੀਂ ਜੀ। ਰਿਸਕ ਟੇਕਿੰਗ ਐਬਿਲਿਟੀ ਹੋਣੀ ਚਾਹੀਦੀ ਹੈ, ਇਹ ਹੈ ਘਾਟਾ ਵਾਧਾ ਹੁੰਦਾ ਬਿਜ਼ਨਸ 'ਚ, ਪਰ ਜੇ ਬਿਜ਼ਨਸ ਖੜਾ ਹੋ ਗਿਆ ਤਾਂ ਅੱਜ ਕੱਲ੍ਹ ਟਾਈਮ ਹੀ ਉਹੀ ਹੈ, ਬਿਜ਼ਨਸ ਵਾਲਾ ਬੰਦਾ ਹੀ ਕਾਮਯਾਬ ਹੈ। ਨੌਕਰੀ ਤਾਂ ਹੁਣ ਬੰਦਾ 9 ਤੋਂ 5 ਕਰ ਲੂਗਾ, ਉਹ ਜ਼ਿੰਦਗੀ 'ਚ ਚਿੱਲ ਨਹੀਂ ਰਹਿੰਦਾ, ਉਹੀ 9 ਤੋਂ 5। ਜਿਹੜਾ ਹੁਣ ਬਿਜ਼ਨਸ ਕਰੂਗਾ ਬੰਦਾ, ਉਹ ਅੱਗੇ 4-10 ਬੰਦੇ ਰੱਖੂਗਾ ਆਪਣੇ, ਆਪਣਾ ਜ਼ਿੰਦਗੀ 'ਚ ਨਹੀਂ ਜਾ ਰਿਹਾ। ਵਿਆਹ ਤੋਂ ਬਾਅਦ ਵੀ ਮੈਂ ਕਹਿੰਦਾ ਚਿੱਲ ਨਹੀਂ ਰਹਿੰਦਾ ਹੈ ਨਾ ਜ਼ਿੰਦਗੀ 'ਚ? ਉਹ ਤਾਂ ਚਲੋ ਹੁਣ ਬਾਅਦ ਦੀ ਗੱਲਾਂ ਨੇ, ਇਹਦਾ ਐਕਸਪੀਰੀਅੰਸ ਨਹੀਂ ਸਾਨੂੰ, ਐਕਸਪੀਰੀਅੰਸ ਨਹੀਂ। ਵਿਆਹ ਕਰਾਉਣਾ ਵੈਸੇ? ਉਹ ਤਾਂ ਹੁਣ ਪਤਾ ਦੇਖੋ ਜੀ, ਹੈ ਤਾਂ ਹੈ ਨਹੀਂ ਹਜੇ ਕਿੱਥੇ, ਹਜੇ ਤਾਂ ਉਮਰ ਬਹੁਤ ਪਈ ਹੈ ਵਿਆਹ ਵਾਲੀ, ਹਜੇ ਤਾਂ ਬਹੁਤ। ਅਸਲ ਪਿਆਰ ਕੀ ਹੁੰਦਾ ਬਾਈ ਜੇ ਪੁੱਛਾਂ, ਹੈ ਨਾ ਤੁਹਾਡੇ ਹਿਸਾਬ ਨਾਲ? ਪਿਆਰ ਜੀ ਮਤਲਬ ਜੇ ਕਿਸੇ 'ਚ ਹੈ ਪਿਆਰ ਤਾਂ ਦੋਨਾਂ ਦੀ ਕਦਰ, ਦੋਨਾਂ ਦੀ ਇੱਕ ਦੂਜੇ ਦੀ ਕਦਰ ਹੋਣੀ ਬਹੁਤ ਜ਼ਰੂਰੀ ਹੈ ਜ਼ਿੰਦਗੀ 'ਚ, ਅਤੇ ਦੂਏ ਬੰਦੇ ਦੀ ਮਤਲਬ ਸੈਲਫ ਰਿਸਪੈਕਟ ਦੋਨਾਂ ਦੀ ਰੱਖਣੀ ਚਾਹੀਦੀ ਹੈ। ਇਹ ਨਹੀਂ ਕਿ ਤੁਸੀਂ ਉਹਦੇ ਉੱਪਰ ਉਹ ਕਰੀ ਜਾ ਰਹੇ ਹੋ ਕਿ ਇਹ ਮੇਰੀ ਗੱਲ ਮੰਨੋ ਅਤੇ ਉਹ ਅਗਲਾ ਸੁਣਦਾ ਨਹੀਂ ਅਤੇ ਉਹ ਵੀ ਨਹੀਂ ਸੁਣਦਾ, ਬਸ ਇਹ ਹੈ ਕਿ ਦੋਨਾਂ ਦੀ ਕਦਰ ਹੋਣੀ ਜ਼ਰੂਰੀ ਹੈ ਆਪਸ 'ਚ, ਉਹੀ ਜ਼ਰੂਰੀ ਇਹੀ ਗੱਲ ਹੈ। ਬੰਦਾ ਬੰਦੇ ਨੂੰ ਕਿਵੇਂ ਸਮਝਦਾ ਹੈ ਨਾ, ਵੀ ਇੱਕ ਚੀਜ਼ ਹੋਰ ਮੈਂ ਪੁੱਛਦਾ, ਅੱਜ ਕੱਲ੍ਹ ਬੰਦਾ ਬੰਦੇ ਨੂੰ ਨਹੀਂ ਸਮਝਦਾ ਹੁੰਦਾ, ਪੈਸਾ ਮੈਟਰ ਕਰ ਜਾਂਦਾ, ਪੈਸਾ ਸਭ ਕੁਝ ਹੁੰਦਾ ਬਈ? ਨਹੀਂ, ਐਂਡ ਆਫ ਦੀ ਹਰੇਕ ਅੱਜ ਕੱਲ੍ਹ ਤਾਂ ਐਂਡ ਆਫ ਦੇ ਪੈਸੇ ਹੀ ਕਹਿੰਦੇ ਨੇ ਕਿ ਪੈਸੇ ਬਿਨਾਂ ਸਰਦਾ ਨਹੀਂ, ਪਰ ਇਹ ਗੱਲ ਹੈ ਨਹੀਂ ਕਿ ਹੁਣ ਆਪਾਂ ਇਹ ਖਾਣੇ ਤਾਂ 2 ਟਾਈਮ ਦੀ ਰੋਟੀ ਉਹ ਹੈ, ਜਿੰਨਾ ਮਰਜ਼ੀ ਕਮਾ ਲਓ, ਜਿੰਨੇ ਮਰਜ਼ੀ ਮਹਿਲਾਂ 'ਚ ਬਹਿ ਜਾਓ, ਪਰ ਜੇ ਕਿਤੇ ਖਾਣੀ ਤਾਂ ਮਿਲਣੀ, ਖਾਣੀ 2 ਟਾਈਮ ਦੀ ਰੋਟੀ ਉਹ ਹੈ, ਉਹ ਮਿਲ ਹੀ ਜਾਣੀ। ਯਾਰ ਨਾਲ ਲੜਾਈ ਪੈ ਗਈ, ਕੱਲ੍ਹ ਨੂੰ ਇਹਨੂੰ 6 ਲੱਖ ਰੁਪਇਆ ਮਿਲ ਰਿਹਾ ਬਾਈ, ਹੈ ਨਾ, ਤੇਰੇ ਕੋਲ 0 ਰੁਪਇਆ ਆ, ਹੈ ਨਾ, ਇਹ ਆਪਣਾ ਸਾਈਡ 'ਤੇ ਚੱਲ ਜੂਗਾ, ਇਹਨੂੰ ਤਾਂ ਪੈਸੇ ਮਿਲ ਗਏ ਯਾਰ, ਇਹ ਤਾਂ ਚੱਲ ਜੂ ਬਾਰ ਬੂਰ, ਹੈ ਨਾ, ਇਹਨੇ ਤਾਂ ਗੱਡੀ ਗੁੱਡੀ ਲੈ ਲੈਣੀ ਆ, ਅਤੇ ਉੱਥੇ ਦੁੱਖ ਪਤਾ ਤੈਨੂੰ ਹੋਣਾ। ਹਾਂ ਇਹ ਤਾਂ ਹੈਗਾ, ਉਹ ਤਾਂ ਹੈ, ਪੈਸੇ ਦੀ ਇੰਪੋਰਟੈਂਸ ਤਾਂ ਹੈ ਹੀ ਅੱਜ ਕੱਲ੍ਹ ਦੀ ਜ਼ਿੰਦਗੀ, ਜ਼ਰੂਰੀ ਉਹ ਤਾਂ ਹੈ ਹੀ ਹੈ। ਦੇਖ ਰਹੇ ਕਿਤੇ ਰਿਸ਼ਤਿਆਂ 'ਚ ਹੈ ਨਾ ਵੀ ਪੈਸਾ ਆ ਗਿਆ,
ਉਹ ਤਾਂ ਫਿਰ ਅੱਜ ਕੱਲ੍ਹ ਹੈ ਹੀ ਹੈ ਜੀ, ਪੈਸਾ ਤਾਂ ਹਰੇਕ ਪਾਸੇ ਹੀ, ਪੈਸਾ ਤਾਂ ਹਰੇਕ ਕੰਮ 'ਚ ਹੀ ਹੈ ਜੀ ਅੱਜ ਕੱਲ੍ਹ ਤਾਂ, ਪੈਸੇ ਪੈਸਿਆਂ ਕਰਕੇ ਯਾਰ ਮੁੜੇ ਜਾਂਦੇ ਤਾਂ ਕਿੰਨੇ ਮੋੜ ਲੈਣੇ ਸੀ, ਹੈ ਨਾ? ਇਹ ਤਾਂ ਹੁਣ ਹੈ ਹੀ ਹੈ ਜੀ ਪੈਸਿਆਂ ਕਰਕੇ, ਹੁਣ ਅੱਧੀ ਦੁਨੀਆ ਆਪਣੇ ਪੰਜਾਬ ਦਾ ਯੂਥ ਪੈਸੇ ਪਿੱਛੇ ਬਾਹਰ ਚੱਲਿਆ ਜੀ। ਕੀ ਪਤਾ ਤੁਹਾਡੇ ਯਾਰ ਦੋਸਤ ਵੀ ਬਾਹਰ ਗਏ ਹੁਣ? ਗਏ ਨੇ ਜੀ, ਬਹੁਤ ਗਏ ਨੇ, 12ਵੀਂ ਤੋਂ ਬਾਅਦ ਮੇਰੇ ਮਤਲਬ ਜਿਹੜੇ ਨਾਲ ਪੜ੍ਹਦੇ ਸੀ ਮੁੰਡੇ ਪਿੰਡਾਂ ਦੇ ਸਾਰੇ ਅੱਧੇ ਬਾਹਰ ਹੀ ਨੇ, ਜ਼ਿਆਦਾਤਰ ਬਾਹਰ ਹੀ ਨੇ ਗਏ ਹੋਏ ਨੇ ਜੀ। ਹੁਣ ਅਗਲੇ ਉੱਥੇ ਜਾ ਕਹਿੰਦੇ ਨੇ ਬਾਈ ਕਿੱਥੇ ਯਾਰ ਪੰਜਾਬ ਵਰਗੀ ਮੌਜ ਨਹੀਂ, ਕੋਈ ਰੋਕ ਨਹੀਂ ਟੋਕ ਨਹੀਂ, ਉੱਥੇ ਹੋਰ ਸਵੇਰੀ ਸ਼ਿਫਟਾਂ ਲਾਓ, ਬੁਰੇ ਹਾਲ ਨੇ ਉਰੇ, ਆਪਣੇ ਪੰਜਾਬ ਵਰਗੀ ਰੌਣਕ ਨਹੀਂ ਜੀ ਕਿਤੇ ਜੀ, ਪੰਜਾਬ ਵਰਗਾ ਕਿਤੇ ਮਿਲਣਾ ਨਹੀਂ, ਉਹੀ ਅਰਜਨ ਢਿੱਲੋਂ ਦਾ ਗਾਣਾ ਸਵਰਗਾਂ ਵਿੱਚ ਪੰਜਾਬ ਨਹੀਂ ਹੋਣਾ। ਸਾਡੇ ਚੈਨਲ ਰਾਹੀਂ ਆਪਣੇ ਕੁਛ ਕਹਿਣਾ ਚਾਹੋਗੇ ਯੂਥ ਨੂੰ? ਆਹੀ ਇਹੀ ਕਹਿਣਾ ਚਾਹਾਂਗੇ ਕਿ ਜੀ ਬਾਹਰੋਂ ਛੱਡ ਕੇ ਕਿ ਮਤਲਬ ਪੰਜਾਬ 'ਚ ਕਰੋ ਕੁਛ ਜੀ, ਪੰਜਾਬ ਜਿੰਨੀ ਮਿਹਨਤ ਕਰੋਗੇ, ਇਹ ਹੈ ਜੀ ਅੱਜ ਕੱਲ੍ਹ ਕਿਸੇ ਨੇ 8ਵੀਂ ਕਲਾਸ 'ਚ ਜਵਾਕ ਹੈ ਜੀ, ਉਹ ਤੋਂ ਪੁੱਛ ਲਓ ਕਿ ਕਹਿੰਦਾ ਬਾਹਰ ਜਾਣਾ ਜੀ, ਹਜੇ ਉਹਨੇ ਦੇਖਿਆ ਕੀ ਹੈ ਜੀ, ਕੋਈ ਪੇਪਰ ਨਹੀਂ ਦਿਆ, ਕੋਈ ਡਿਗਰੀ ਨਹੀਂ, ਕੋਈ ਪੜ੍ਹੇ ਨਹੀਂ, ਕੋਈ ਮਤਲਬ ਕਿਤੇ ਕਰਿਆ ਨਹੀਂ ਕੁਛ, ਕਹਿੰਦੇ ਬਾਹਰ ਜਾਣਾ ਜੀ। ਪਹਿਲਾਂ ਉਰੇ ਸੰਘਰਸ਼ ਕਰੋ, ਜੇ ਉਰੇ ਨਹੀਂ ਫਿਰ ਗੱਲਾਂ ਵੱਧਦੀਆਂ ਨੇ, ਪਹਿਲਾਂ ਉਰੇ ਤਾਂ ਸੰਘਰਸ਼ ਕਰ ਜ਼ਰੂਰੀ ਹੈ ਜੀ। ਬਹੁਤ ਬਹੁਤ ਧੰਨਵਾਦ, ਧੰਨਵਾਦ। ਅਤੇ ਲਾਵਾਂਗੇ ਰੌਣਕਾਂ। ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ਼੍ਰੀ ਅਕਾਲ ਬੇਟਾ, ਰਾਜੀ ਰੱਖੇ ਭਗਵਾਨ। ਹਾਂਜੀ, ਪਹਿਲਾਂ ਤੁਸੀਂ ਮਾਈਕ ਫੜਿਆ ਹੈ, ਐਵੇਂ ਕੀ ਚੱਕਰ ਜੀ? ਪਕੜਨਾ ਪੈਂਦਾ ਜੀ, ਪਕੜਨਾ ਪੈਂਦਾ, ਬਿਲਕੁਲ। ਕੱਪੜੇ ਆਪ ਲੈਣੇ ਨੇ ਜੀ? ਹਾਂ। ਕੀ ਨਾਮ ਹੈ ਵੈਸੇ? ਪੰਡਿਤ ਅਮਰਜੀਤ। ਪੰਡਿਤ ਅਮਰਜੀਤ ਸਿੰਘ ਲੱਗਦਾ ਪਿੱਛੇ? ਨਹੀਂ ਜੀ, ਪੰਡਿਤ ਅਮਰਜੀਤ। ਹਾਂਜੀ, ਮੈਨੂੰ ਦੱਸ ਦਿਓ ਜੀ, ਤੁਸੀਂ ਦੋ ਦੋ ਵਿਆਹ ਕਰਾਈ ਫਿਰਦੇ ਹੋ, ਇਹਦਾ ਕਾਰਨ ਕੀ ਹੈ? ਹਾਂਜੀ, ਕਿ ਪਹਿਲੀ ਕੋਲੇ ਬੱਚਾ ਨਹੀਂ ਹੋਇਆ, ਜਿਹੜੀ ਮੇਰੀ ਪਹਿਲੀ ਲਾਈਫ ਹੈ ਉਹ ਮੇਰੀ ਕੰਮ ਦੀ ਹੈ, ਕੰਮ ਦੀ ਹੋਣ ਕਰਕੇ ਸਾਡੇ ਕੋਈ ਬੱਚਾ ਨਹੀਂ ਸੀ, ਅਸੀਂ ਦੋ ਗੁੱਡੀਆਂ ਲਏ ਤਾਂ ਉਹ ਤੋਂ ਬਾਅਦ ਸਾਡੇ ਬੇਟਾ ਹੋਇਆ, ਬੇਟਾ ਵੀ ਐਸਾ ਹੋਇਆ ਕਿ ਧਰਮਾਤਮਾ। ਅਤੇ ਹੁਣ ਬੇਟਾ ਕੀ ਕਰਦਾ? ਬੇਟਾ ਮੇਰਾ ਬਾਲ ਪੇਪਰ ਲਾਉਂਦਾ, ਬਾਹਰ ਜਾਣ ਦੀ ਤਿਆਰੀ ਬਜਾ ਰਿਹਾ ਸੀ। ਮੈਂ ਕਿਹਾ ਪੁੱਤ ਅਸੀਂ ਤਿੰਨ ਜਣੇ ਦੇਖਦੇ ਹਾਂ ਤੈਨੂੰ, ਤੈਂ ਨਹੀਂ ਜਾਣਾ, ਬੌਂਸਰ ਬਣ, ਇੱਥੇ ਜੋ ਮਰਜ਼ੀ ਕਰ, ਆਪਣੇ ਹਿੰਦੁਸਤਾਨ ਦੇ ਵਿੱਚ ਬੜਾ ਕੁਛ ਹੈ ਜੇ ਬੰਦਾ ਕਰਨ ਵਾਲਾ ਹੋਵੇ, ਜੇ ਨਾ ਘਰ ਹੋਵੇ ਫਿਰ ਤਾਂ ਘਰੇ ਹੀ ਭੁੱਖਾ ਮਰ ਰਿਹਾ। ਬਾਪੂ ਜੀ ਗੱਲ ਕਰੀਏ ਨਾ, ਅੱਜ ਕੱਲ੍ਹ ਬੰਦੇ ਨਾ ਇਹ ਦੇਖਦੇ ਨੇ ਵੀ ਯਾਰ ਉਹ ਕੰਮ ਛੋਟਾ ਮੈਂ ਕਰਨਾ ਨਹੀਂ ਹੈ, ਹੈ ਨਾ? ਪੰਜਾਬ 'ਚ ਰਹਿ ਕੇ ਉਹ ਕੰਮ ਨਹੀਂ ਕਰਨਾ, ਬਾਹਰ ਜਾ ਕੇ ਆਪਾਂ ਸਾਰੇ ਕੰਮ ਕਰਨੇ ਆ। ਬਿਲਕੁਲ ਜੀ, ਬਿਲਕੁਲ, ਕਿਉਂਕਿ ਬਾਹਰ ਜਾ ਕੇ ਵੀ ਕੰਮ ਕਰਨਾ ਪੈਣਾ, ਇੱਥੇ ਵੀ ਕੰਮ ਕਰਨਾ ਪੈਣਾ। ਜੋ ਮਜ਼ਾ ਇੱਥੇ ਆਪਣੇ ਘਰ 'ਚ ਹੈ ਉਹ ਬਾਹਰ ਨਹੀਂ ਹੈ, ਜੋ ਰੋਟੀ ਪੰਜਾਬ ਦੀ ਹੈ ਉਹ ਬਾਹਰ ਨਹੀਂ ਹੈ। ਪੰਜਾਬ ਦੀ ਐਸੀ ਖਾਸੀਅਤ ਕੀ ਹੈ ਬਾਪੂ ਜੀ? ਪੰਜਾਬ ਇੱਕ ਸੋਨੇ ਦੀ ਚਿੜੀਆ ਅੱਜ ਵੀ, ਜੇ ਬੰਦਾ ਕਰੇ, ਜੇ ਨਾ ਕਰੇ ਕੁਛ ਵੀ ਨਹੀਂ, ਚਾਹੇ 150 ਵੀਘੇ ਜ਼ਮੀਨ ਦੇ ਦਿਓ, ਉਹ ਵੀ ਭੁੱਖਾ ਮਰੂਗਾ। ਬਾਪੂ ਜੀ ਮੈਂ ਇੱਕ ਪੁੱਛਾਂ ਗੱਲ, ਅੱਜ ਸੋਨੇ ਦੀ ਚਿੜੀ ਹੈ ਨਾ ਜਿਹੜੀ, ਉਹ ਕਿਸਾਨਾਂ ਕਰਕੇ ਆ ਪੰਜਾਬੀ, ਹੈ ਨਾ? ਵੀ ਗੱਲ ਕਰੀਏ ਆਪਾਂ, ਹੁਣ ਤੁਸੀਂ ਦੇਖ ਰਹੇ ਹੋ ਕਿਸਾਨਾਂ ਦਾ ਜਿਹੜਾ ਇਹ ਚੱਲ ਰਿਹਾ ਮੁੱਦਾ ਚੱਲ ਰਿਹਾ ਵੀ ਐਸ ਉਹ ਜਿਹੜੀ MSP ਦਾ ਮੁੱਦਾ ਚੱਲ ਰਿਹਾ, ਤੁਸੀਂ ਇਹਨੂੰ ਕਿਵੇਂ ਦੇਖ ਰਹੇ ਹੋ? ਮੈਂ ਦੇਖ ਰਿਹਾ ਕਿ ਸਹੀ ਮੰਗ ਹੈ, ਸਰਕਾਰ ਨੂੰ ਮੰਨਣੀ ਚਾਹੀਦੀ ਹੈ, ਕਿਉਂਕਿ ਇਹ ਅੰਨਦਾਤਾ ਅੰਨ ਸਾਰਿਆਂ ਦੇ ਪੇਟ 'ਚ ਪਾਉਂਦਾ, ਚਾਹੇ ਕੋਈ ਖੇਤੀ ਕਰ ਰਿਹਾ ਚਾਹੇ ਨਹੀਂ ਕਰ ਰਿਹਾ, ਜੋ ਕਿਸਾਨ ਹੈ ਉਹਦਾ ਖੇਤਾਂ 'ਚ ਹੀ ਹੈ, ਉਹਦਾ ਹੱਕ ਉਸਨੂੰ ਮਿਲਣਾ ਚਾਹੀਏ। ਅੱਛਾ, ਕਿਸਾਨ ਜਦੋਂ, ਕਿਸਾਨ ਲਾ ਲਓ ਜਾਂ ਫਿਰ ਜੱਟ ਲਾ ਲਓ ਜਿਹੜਾ ਵੀ ਹੈ ਨਾ, ਜਦੋਂ ਉਹ ਖੇਤ 'ਚ ਜਾਂਦਾ ਨਾ, ਉਹਦੇ ਖੇਤਾਂ ਨਾਲ ਜਿਹੜਾ ਪਿਆਰ ਹੁੰਦਾ ਨਾ, ਉਹੋ ਜਿਹਾ ਪਿਆਰ ਕਿੱਥੇ ਨਹੀਂ ਹੁੰਦਾ, ਕਿਉਂਕਿ ਆਪਣੀ ਜਦੋਂ ਮਿੱਟੀ ਨਾਲ ਇੱਕ ਪਿਆਰ ਹੁੰਦਾ ਨਾ, ਉਹ ਚੀਜ਼ ਵੇਚੀ ਨਹੀਂ ਜਾਂਦੀ। ਅੱਜ ਕੱਲ੍ਹ ਪਤਾ ਕੀ ਹੁੰਦਾ, ਬੱਚਾ ਕਹਿ ਤਾਂ ਦਿੰਦਾ ਬਾਪੂ ਮੈਂ ਤਾਂ ਇਹ ਵੇਚ ਕੇ ਜਾਣਾ ਆ, ਹੈ ਨਾ? ਪਰ ਉਹ ਬਾਪੂ ਨੇ ਉਹ ਜ਼ਮੀਨ ਕਿਵੇਂ ਕਮਾਈ ਹੈ ਉਹ ਬਾਪੂ ਨੂੰ ਪਤਾ, ਬੇਟੇ ਨੂੰ ਨਹੀਂ ਪਤਾ, ਬੇਟੇ ਨੂੰ ਉਸ ਬਾਰੇ ਨੌਲੇਜ ਵੀ ਨਹੀਂ ਹੈ, ਕਿਉਂਕਿ ਇੱਕ ਵਿਸਵਾ ਲੈਣਾ ਵੀ ਜਿਹੜੇ ਬੰਦਾ ਖਰੀਦ ਰਿਹਾ ਉਹ ਆਪਣੇ ਮੂੰਹ ਨੂੰ ਆਪਣੇ ਬੱਚਿਆਂ ਦਾ ਮੂੰਹ ਰੋਕ ਕੇ ਫਿਰ ਖਰੀਦ ਰਿਹਾ। ਅੱਜ ਉਸਨੇ ਧਵੱਚੀਆਂ ਡਾਤੀਆਂ, ਪੜ੍ਹ ਵੀ ਗਿਆ, ਸਾਰਾ ਕੁਛ ਹੋ ਗਿਆ, ਉਸ ਬਾਪੂ ਦੀ ਕੇਅਰ ਵਾਸਤੇ ਆਪ ਬਾਹਰ ਬੈਠ ਗਿਆ, 5 ਸਾਲ ਮੁੜਨਾ ਨਹੀਂ, ਬਾਪੂ ਪਿੱਛੋਂ ਬਿਮਾਰ ਹੋ ਜਾਵੇ ਪਾਣੀ ਕੌਣ ਦਊਗਾ? ਅੱਛਾ ਵੀਰੇ, ਤੁਸੀਂ ਪਿੱਛੋਂ ਕਹਿ ਰਹੇ ਸੀਗੇ ਨਾ ਬਾਪੂ ਨੂੰ ਵੀ ਦੋ ਦੋ ਵਿਆਹ ਕਰਾਈ ਫਿਰਦਾ ਬਾਪੂ ਦਾ, ਹੈ ਤੁਹਾਡੇ ਕਿੰਨੇ ਹੋਏ ਨੇ? ਮੇਰਾ ਤਾਂ ਹਜੇ ਵੀਰ ਹੋਇਆ ਨਹੀਂ। ਅੱਗੇ ਆ ਜਾਓ, ਕੋਈ ਗੱਲ ਨਹੀਂ, ਇੱਧਰ ਆ ਜਾਓ। ਆਪਣਾ ਤਾਂ ਹਜੇ ਵੀਰ ਹੋਇਆ ਨਹੀਂ, ਹਜੇ ਸਟਰਗਲ ਲਾਈਫ ਚੱਲ ਰਹੀ ਹੈ ਹਜੇ। ਸੋਚਿਆ ਕਰਾਉਣਾ ਕਦੋਂ ਆ ਫਿਰ? ਨਹੀਂ ਕਰਾਵਾਂਗੇ, ਜਦੋਂ ਸੰਯੋਗ ਮਿਲਣਗੇ ਕਰਾ ਲਾਂਗੇ, ਕੋਈ ਗੱਲ ਨਹੀਂ। ਹਜੇ ਥੋੜ੍ਹਾ ਸਟਰਗਲ ਜ਼ਿਆਦਾ ਲਾਈਫ ਦੇ ਵਿੱਚ, ਸਟਰਗਲ ਲਾਈਫ ਹੈ, ਥੋੜ੍ਹੀ ਸਟਰਗਲ ਕਰਨੀ ਚਾਹੀਦੀ, ਏਜ ਵੀ ਕੁਛ ਨਹੀਂ ਹਜੇ,
ਕੋਈ ਗੱਲ ਨਹੀਂ, ਵਜੇ 35-36 ਜਾ ਕਰਾ ਲਾਂਗੇ ਹਜੇ ਟਾਈਮ ਹੈਗਾ, ਪਰ ਥੋੜ੍ਹਾ ਸਟਰਗਲ ਜ਼ਰੂਰੀ ਹੈ ਲਾਈਫ ਦੇ ਵਿੱਚ। ਅਸਲ ਸਟਰਗਲ ਕੀ ਹੁੰਦੀ ਹੈ ਹੈ ਨਾ, ਤੁਸੀਂ ਸਟਰਗਲ ਦੀ ਗੱਲ ਕੀ, ਮਿਹਨਤ ਅਸਲ ਮਿਹਨਤ ਕੀ ਹੁੰਦੀ ਹੈ ਬੰਦੇ ਦੀ? ਦੇਖੋ ਮਿਹਨਤ ਦਾ ਵੀ ਡਿਪੈਂਡ ਕਰਦਾ ਕਿ ਮਿਹਨਤ ਕਿਸ ਤਰ੍ਹਾਂ ਦੇ ਤਰੀਕੇ ਨਾਲ ਕਰਨਾ ਚਾਹੁੰਦਾ ਬੰਦਾ। ਮੈਂ ਡਿਪਲੋਮਾ ਸਿੰਘਾਪੁਰ ਤੋਂ ਕੀਤਾ ਹੋਟਲ ਮੈਨੇਜਮੈਂਟ ਕਰਕੇ ਆਇਆ ਉੱਥੋਂ 2 ਸਾਲ ਦੀ ਮੈਂ, ਉਹ ਤੋਂ ਬਾਅਦ ਆ ਕੇ ਇੱਥੇ ਵੀ ਸਟਰਗਲ 'ਚ ਲਗਾਤਾਰ ਲੱਗੇ ਰਹੀ ਹਾਂ। ਸਬਜ਼ੀਆਂ ਦਾ ਕੰਮ ਵੀ ਕਰਿਆ, ਡੰਗਰ ਵੱਛੇ ਮੱਝਾਂ, ਡੇਅਰੀ ਫਾਰਮ, ਛੋਟਾ ਮੋਟੇ ਕੰਮ ਕਰਦੇ ਰਹਿੰਦੇ ਹਾਂ, ਜਿਵੇਂ ਆੜ੍ਹਤੀ ਦਾ ਕੰਮ ਵੀ ਕਰ ਲੈਂਦੇ ਹਾਂ, ਅਕਾਊਂਟੈਂਟ ਦਾ ਕੰਮ ਵੀ ਕਰੀ ਜਾਂਦੇ ਹਾਂ। ਪਰ ਸਟਰਗਲ ਥੋੜ੍ਹੀ ਲਾਈਫ 'ਚ ਥੋੜ੍ਹੀ ਜ਼ਿਆਦਾ ਕਰਨੀ ਪੈਂਦੀ ਹੈ, ਹੁਣ ਥੋੜ੍ਹਾ ਮਹਿੰਗਾਈ ਦੇ ਕਰਕੇ ਥੋੜ੍ਹਾ ਨਾ ਕੁਛ ਕਬੀਲਦਾਰੀਆਂ ਫਿਰ ਭਾਰੀ ਹੋ ਜਾਂਦੀਆਂ, ਹੌਲੀ ਹੌਲੀ ਫਿਰ ਇਹ ਚੀਜ਼ਾਂ 'ਚ ਨੌਲੇਜ ਬੰਦੇ ਹੌਲੀ ਹੌਲੀ ਆਉਂਦੀ ਹੈ ਚੀਜ਼ਾਂ ਦੀ। ਸਟਰਗਲ ਤਾਂ ਜ਼ਰੂਰੀ ਹੈ ਨਾ। ਜਿਹੜਾ ਸਿੰਗਾਪੁਰ ਵਾਲਾ ਬੰਦਾ ਆ, ਜੇ ਉਹਦੇ ਦੋ ਦੋ ਘਰ ਵਾਲੀਆਂ ਹੋਣ ਫਿਰ ਕੀ ਕਰੂਗਾ? ਕਿਉਂਕਿ ਬਾਪੂ ਮੈਂ ਗੱਲ ਉਹ ਬਾਪੂ ਕਹਿ ਰਹੇ ਸੀਗੇ ਨਾ, ਹੈ ਨਾ, ਪੁੱਛ ਰਹੇ ਸੀਗੇ ਵੀ ਜਦੋਂ ਦੋ ਘਰੇ ਹੈ ਨਾ ਸੌਕਣਾ ਹੁੰਦੀਆਂ, ਉਹ ਲੜਦੀਆਂ ਬੜੀਆਂ ਨੇ, ਹੈ ਨਾ, ਇਹਨਾਂ ਦਾ ਪਿਆਰ ਬਹੁਤ ਹੈ ਇਹਨਾਂ ਦਾ, ਇਹ ਨਹੀਂ ਲੜਦੇ ਹੈਗੇ, ਇਹਨਾਂ ਤਿੰਨਾਂ ਦਾ ਬਹੁਤ ਪਿਆਰ ਹੈ। ਸਾਡੇ ਘਰੇ ਸ਼ੇਰ ਬੱਕਰੀ ਪਾਣੀ ਇੱਕ ਜਗ੍ਹਾ ਪੀਂਦੇ ਨੇ, ਅੱਜ ਦੀ ਘੜੀ ਜੇ ਛੋਟੀ ਰੋਟੀ ਬਣਾਊਗੀ ਤਾਂ ਵੱਡੀ ਖਾਊਗੀ, ਕਹੂਗੀ ਜਿਉਂਦੀ ਰਹੋ ਤੇਰਾ ਸਵਾਗ ਜਿਉਂਦਾ ਰਹੇ, ਜਾਂ ਤਾਂ ਵੱਡੀ ਖਾਓ ਪਕਾਊਗੀ ਤਾਂ ਛੋਟੀ ਕਹੂਗੀ ਜਿਉਂਦੀ ਰਹੋ ਤੇਰਾ ਸਵਾਗ ਜਿਉਂਦਾ ਰਹੇ। ਸਾਡੇ ਘਰੇ ਬਹੁਤ ਲਾਈਫ ਵਧੀਆ, ਜਾਣੀ ਕਿ ਇਸ ਪਿੰਡ ਵਰਗਾ ਪੰਡਿਤ ਨਹੀਂ ਹੈ ਕਿਸੇ ਵੀ ਇਲਾਕੇ 'ਚ, ਥੱਲੇ ਨੂੰ ਘੋੜੀ ਹੋਵੇ, ਘਰ ਬਾਹਮਣੀਆਂ ਦੀ ਜੋੜੀ ਹੋਵੇ, ਕੋਈ ਐਸਾ ਪੰਡਿਤ ਨਹੀਂ ਹੈ। ਬਾਪੂ ਗੱਲਾਂ ਤਾਂ ਪੂਰੀਆਂ ਖਰੀਆਂ ਨਹੀਂ, ਖਰੀਆਂ ਹੈਗੀਆਂ, ਖਰੀਆਂ ਸੱਚੀਆਂ ਗੱਲਾਂ ਨੇ, ਕੋਈ ਝੂਠ ਨਹੀਂ, ਸਾਰੀ ਖਰੀਆਂ ਗੱਲਾਂ ਨੇ, ਇਹ ਸੱਚਾਈ ਹੈ ਇਹਨਾਂ ਦੀ, ਘੋੜੀ ਵੀ ਹੈ, ਘਰੇ ਜੋੜੀ ਵੀ ਆ, ਕੋਈ ਇਹੋ ਜਿਹੀ ਗੱਲ ਨਹੀਂ, ਮੁੰਡਾ ਇਹਨਾਂ ਜਿਮਲਾਂ ਦਾ ਵਧੀਆ ਬੌਂਸਰੇ, ਵਧੀਆ ਲਾਈਫ ਹੈ, ਕੋਈ ਇਹੋ ਜਿਹੀ ਗੱਲ ਨਹੀਂ। ਵੀਰੇ ਤੁਸੀਂ ਇੱਕ ਗੱਲ ਦੇਖਦੇ ਹੋ ਵੀ ਬਾਪੂ ਦਾ ਮੁੰਡਾ ਹੈ ਨਾ ਜਿਹੜਾ ਜਿਮ ਲਾਉਂਦਾ ਬਾਊਂਸਰ ਆ, ਸ਼ਰਮ ਨਹੀਂ ਕਰ ਰਿਹਾ ਕਿਸੇ ਕੰਮ ਤੋਂ, ਹੈ ਨਾ, ਇੱਕ ਆਰਟਿਸਟ ਨਾਲ ਜਦੋਂ ਜਾਂਦਾ ਵੀ ਸ਼ਰਮ ਨਹੀਂ ਹੈ, ਵੀ ਕੰਮ ਹੈਗਾ ਆ ਉਹ ਵੀ ਕੰਮ, ਤੁਸੀਂ ਕਿਵੇਂ ਦੇਖ ਰਹੇ ਹੋ ਉਸ ਕੰਮ ਨੂੰ? ਵੀ ਅੱਜ ਤੁਸੀਂ ਸਿੰਗਾਪੁਰ ਜਾ ਕੇ ਆਏ ਹੋ, ਤੁਸੀਂ ਮੰਨਦੇ ਹੋ ਲੋਕ ਬਾਹਰ ਚਲੇ ਜਾਂਦੇ ਨੇ, ਐਡੇ ਐਡੇ ਪੈਸੇ ਲਾ ਲੈਂਦੇ ਨੇ, ਹੈ ਨਾ, ਪਰ ਜਾ ਕੇ ਉੱਥੇ ਕਰਨਾ ਕੀ ਪੈਂਦਾ? ਸਾਫ਼ ਸਫਾਈਆਂ, ਉਹੀ ਮਜ਼ਦੂਰੀ ਜਿਹੜੀ ਅਸੀਂ ਇੱਥੇ ਹੈ ਨਾ ਆਰਾਮ ਨਾਲ ਰੋਟੀ ਖਾਂਦੇ ਹਾਂ, ਉੱਥੇ ਅਸੀਂ ਮਜ਼ਦੂਰੀਆਂ ਕਰਦੇ ਹਾਂ। ਵੀਰ ਜੀ ਹੁਣ ਤੁਸੀਂ ਇੱਕ ਕਿੱਤਾ ਕਰ ਰਹੇ ਹੋ, ਤੁਸੀਂ ਟਰਬਨ ਬੰਨੀਆਂ, ਵਧੀਆ ਤੁਸੀਂ ਤਿਆਰ ਹੋ ਕੇ ਪਿੰਡ 'ਚ ਆਏ ਹੋ, ਵਧੀਆ ਤੁਹਾਡੀ ਵੈਲਿਊ ਹੈ, ਵਧੀਆ ਲੋਕ ਤੁਹਾਨੂੰ ਵਾਹਵਾ ਸ਼ਾਬਾ ਸ਼ਾਬਾ ਕਰਦੇ ਨੇ, ਜਾਂ ਹਰੇਕ ਬੰਦਾ ਜਾਂ ਪਿੰਡ 'ਚ ਰਹਿੰਦਾ ਛੋਟਾ ਮੋਟਾ ਕੰਮ ਕਰਦਾ, ਹਰੇਕ ਦੀ ਇੱਕ ਆਪਣੀ ਵੈਲਿਊ ਹੁੰਦੀ ਹੈ, ਹਰ ਇੱਕ ਦੀ ਆਪਣੀ ਟੌਹਰ ਹੁੰਦੀ ਹੈ, ਠੀਕ ਹੈ, ਉਹ ਕੁਝ ਮਜਬੂਰੀਆਂ ਹੁੰਦੀਆਂ ਉਹਨਾਂ ਦੀਆਂ। ਹੁਣ ਸਭ ਤੋਂ ਜ਼ਿਆਦਾ ਮੇਰੇ ਪਿੰਡ 'ਚੋਂ ਇੱਥੇ 250 ਮੁੰਡਾ ਆਪਣਾ NRI ਆ, ਜਿਹੜੇ ਵਧੀਆ ਵਧੀਆ ਕੰਟਰੀਆਂ ਮੁੰਡੇ ਗਏ ਹੋਏ ਨੇ, ਮਤਲਬ ਦੋ ਮੁੰਡੇ ਸਾਡੇ 1 ਮਹੀਨੇ ਬਾਹਰ ਚਲੇ ਜਾਂਦੇ ਹੈ। ਇੱਕ ਸੁਚਿੰਤਕ ਵਿਸ਼ਾ ਵੀ ਹੈਗਾ, ਇਹ ਮੈਂ ਚਿੰਤਾ ਦਾ ਵਿਸ਼ਾ ਇਹ ਹੈ ਕਿ ਉਹ 1-1 ਬੱਚਾ ਮੁੰਡਿਆਂ ਕੋਲ ਜਿਹਨਾਂ ਕੋਲ ਵੀ ਹੈਗਾ, ਉਹ 1-1 ਮੁੰਡੇ ਨੂੰ ਬਾਹਰ ਘੱਲੀ ਜਾਂਦੇ ਹੈ, ਇਹ ਵੀ ਇੱਕ ਚਿੰਤਕ ਵਿਸ਼ਾ। ਅਤੇ ਕੁਛ ਲੋੜਾਂ ਨੇ, ਮਜਬੂਰੀਆਂ ਨੇ, ਇੱਥੇ ਬੇਰੁਜ਼ਗਾਰੀ ਤੁਸੀਂ ਦੇਖ ਹੀ ਰਹੇ ਹੁਣ, MSP ਬਾਰੇ ਕੀ ਕੁਛ ਚੱਲ ਰਿਹਾ ਬੋਰਡਰਾਂ 'ਤੇ, ਸਰਕਾਰਾਂ ਸਾਨੂੰ ਚੰਗਾ ਨਹੀਂ ਸਮਝਦੀਆਂ, ਸਰਕਾਰਾਂ ਸਾਡੇ ਨਾਲ ਇੱਦਾਂ ਲੜ ਰਹੀਆਂ ਜਿੱਦਾਂ ਕਿ ਅਸੀਂ ਪਾਕਿਸਤਾਨ ਤੋਂ ਆਏ ਹੁੰਦੇ ਹਾਂ, ਜਾਂ ਇੱਕ ਪੰਜਾਬ ਸੂਬਾ ਪਾਕਿਸਤਾਨ ਹੈ, ਅਸੀਂ ਵੀ ਇੱਕ ਨਾਗਰਿਕ ਹਾਂ ਇੰਡੀਆ ਦੇ। ਇੱਕ ਜਿਹੜੀ ਲੜੀ ਬਣੀ ਹੋਈ ਹੈ MSP ਨੂੰ ਲੈ ਕੇ ਜਾਂ ਜ਼ਿਮੀਂਦਾਰਾਂ ਨੂੰ ਲੈ ਕੇ, ਇੱਕ ਜ਼ਿਮੀਂਦਾਰਾਂ ਦੇ ਕਿਹੋ ਜਿਹਾ ਧੰਦਾ ਪੰਜਾਬ 'ਚ, ਜਿਹੜਾ ਕਿ 80% ਜਿਹੜਾ ਰੁਜ਼ਗਾਰ ਹੈ ਉਹ MSP 'ਤੇ ਕਿਸਾਨਾਂ ਦੇ ਸਿਰ 'ਤੇ ਚੱਲ ਰਿਹਾ। MSP ਦੀ ਵੈਲਿਊ ਕੀ ਹੈ ਇਹ ਕੁਛ ਲੋਕਾਂ ਨੂੰ ਹਜੇ ਨਹੀਂ ਪਤਾ, 80% ਲੋਕਾਂ ਨੂੰ MSP ਦੀ ਵੈਲਿਊ ਨਹੀਂ ਪਤਾ। ਦੇਖੋ ਪੰਜਾਬ 'ਚ ਪਤਾ ਹੋਊਗਾ, ਹਰਿਆਣਾ 'ਚ ਪਤਾ ਹੋਊਗਾ, UP 'ਚ ਕੁਛ ਵਧੀਆ ਆਗੂ ਨੂੰ ਪਤਾ ਹੋਊਗਾ, ਪਰ ਮੈਂ ਕੱਲ੍ਹ ਬਿਹਾਰ ਦਾ ਇੰਟਰਵਿਊ ਸੁਣ ਰਿਹਾ ਸੀ, ਉਹ ਕਹਿੰਦਾ ਸਾਡੇ ਲੋਕਾਂ ਨੂੰ ਹਜੇ MSP ਦਾ ਮੀਨਿੰਗ ਨਹੀਂ ਪਤਾ ਕੀ ਹੈ। ਜਦੋਂ ਕਿ ਅਸੀਂ 22-23 ਫਸਲਾਂ ਦੇ MSP ਮੰਗ ਰਹੇ ਹਾਂ, ਇੱਕ ਕਿਸਾਨ ਕਿੱਤੇ ਨਾਲ ਜੁੜੇ ਹੋਏ ਆੜ੍ਹਤੀ ਵਰਗ ਆੜ੍ਹਤੀ ਸਾਹਿਬ ਖੜ੍ਹੇ ਨੇ ਖਰੋੜ ਜੀ, ਇਹਨਾਂ ਦਾ ਕਿੱਤਾ ਜੁੜਿਆ ਹੋਇਆ, ਮਨੀਮਾ ਦਾ ਕਿੱਤਾ ਜੁੜਿਆ ਹੋਇਆ, ਲੇਬਰ ਦਾ ਕਿੱਤਾ ਜੁੜਿਆ ਹੋਇਆ, ਹਰ ਇੱਕ ਦੁਕਾਨਦਾਰ ਦਾ ਕਿੱਤਾ ਕਿਸਾਨ ਨਾਲ ਜੁੜਿਆ ਹੋਇਆ। ਹੁਣ ਲੋਕਡਾਊਨ ਆਇਆ ਸੀ ਪਿੱਛੇ, ਲੋਕਡਾਊਨ ਦੇ ਵਿੱਚ ਲੋਕ ਘਰਾਂ ਤੋਂ ਨਿਕਲਣ ਤੋਂ ਮਜਬੂਰ ਹੋ ਗਏ ਸੀਗੇ। ਮੈਂ ਸੁਨਿਆਰੇ ਜਾਂ ਮਿਸਤਰੀ ਜਾਂ ਡਾਕਟਰ ਦਿਹਾੜੀਆਂ ਕਰਦੇ ਦੇਖੇ ਨੇ ਮੰਡੀ ਦੇ ਵਿੱਚ, ਇੱਕ ਮੰਡੀ ਸੀਗੀ, ਮੰਡੀਕਰਨ ਸੀਗਾ ਜਾਂ ਕਿਸਾਨ ਦਾ ਇੱਕ ਧੰਦਾ ਸੀਗਾ, ਜਿਹਦੇ ਕਰਕੇ ਲੋਕ ਥੋੜ੍ਹੇ ਇੱਕ ਉਸ ਸਮੇਂ ਸਟਰਗਲ ਕਰਕੇ ਬਚੇ ਨੇ। ਕਿਉਂ ਉਸ ਟਾਈਮ ਜਿਹੜੇ ਦਿਹਾੜੀਦਾਰ ਮਜ਼ਦੂਰ ਲੋਕ ਨੇ, ਮਜ਼ਦੂਰ ਲੋਕ ਨੇ, ਉਹ ਕੀ ਕਰਦੇ ਨੇ, ਉਹ ਰੋਜ਼ ਦੀ ਰੋਜ਼ ਵੈਲਿਊ ਜਿਹੜੀ ਉਹਨਾਂ ਦੀ ਹੁੰਦੀ ਹੈ ਦਿਹਾੜੀ ਦੀ, ਉਹ ਜਿਹੜੀ ਇਨਕਮ ਹੁੰਦੀ ਹੈ ਉਹ ਤੋਂ ਹੀ ਗੁਜ਼ਾਰਾ ਕਰਦੇ ਨੇ। ਉਹਨਾਂ ਕੋਲ ਸੇਵਿੰਗ ਤਾਂ ਹੈ ਨਹੀਂ,
ਉਹਦਾ ਜੇ ਅੱਜ ਦਿਹਾੜੀ ਲੱਗ ਗਈ ਤਾਂ ਕੱਲ੍ਹ ਲਈ ਉਹਨਾਂ ਲਈ ਵਿਚਾਰਿਆਂ ਲਈ ਅੱਗੇ ਦੇਖਣ ਲਈ ਕੁਛ ਹੈ ਨਹੀਂ, ਅੱਜ ਜਿਵੇਂ ਖਾ ਲਿਆ ਜਾਂ ਡੇਲੀ ਡੇਲੀ ਲੈ ਕੇ ਆਉਂਦੇ ਹਾਂ। ਜਦੋਂ ਲੋਕਡਾਊਨ ਸੀਗਾ, ਲੋਕਡਾਊਨ ਦੇ ਵਿੱਚ ਇਹਨਾਂ ਨੇ ਕੀ ਕਰਿਆ ਵਿਚਾਰਿਆਂ ਨੇ, ਧੰਦੇ ਬੰਦ ਹੋ ਗਏ, ਫੈਕਟਰੀਆਂ ਬੰਦ ਹੋ ਗਈਆਂ, ਕੰਪਨੀਆਂ ਬੰਦ ਹੋ ਗਈਆਂ, ਲੋਕਡਾਊਨ ਲੱਗ ਗਿਆ। ਬਿਲਕੁਲ ਹੀ ਤੁਹਾਨੂੰ ਪਤਾ ਹੀ ਸੀਗਾ, ਪੁਲਿਸ ਡੰਡੇ ਮਾਰਦੀ ਸੀਗੀ, ਦੁਕਾਨ 'ਤੇ ਰਾਸ਼ਨ ਲੈਣ ਜਾਣਾ ਵੀ ਬੜਾ ਮੁਸ਼ਕਲ ਹੋ ਗਿਆ ਸੀਗਾ। ਅਤੇ ਉਸ ਸਮੇਂ ਇੱਕ ਜਿਹੜਾ ਕਿਸਾਨ ਇਹ ਸੀਗਾ ਜਿਹਦੇ ਕਰਕੇ ਇਹ ਲੋਕਡਾਊਨ ਖੁੱਲ੍ਹਿਆ ਸੀਗਾ, ਲੋਕਡਾਊਨ ਖੋਲ੍ਹਿਆ ਗਿਆ ਸੀ ਕਿਸਾਨਾਂ ਵੱਲੋਂ ਕਿ ਫਸਲ ਆ ਗਈ, ਸਰਕਾਰ ਨੂੰ ਫਸਲ ਦੀ ਲੋੜ ਸੀਗੀ, ਕਣਕ ਦੀ ਲੋੜ ਸੀਗੀ, ਡਿਮਾਂਡ ਸੀ ਉਸ ਟਾਈਮ। ਇਹ ਸ਼ੁਰੂ ਤੋਂ ਜਦੋਂ ਤਾਂ ਕਣਕ ਦੀ ਰਾਸ਼ ਦੀ ਡਿਮਾਂਡ ਰਹੀ ਆ, ਉਦੋਂ ਤਾਂ ਸਰਕਾਰਾਂ ਨੇ ਸਾਨੂੰ ਸ਼ਾਬਾ ਸ਼ਾਬਾ ਦਿੱਤੀ ਹੈ। ਪਰ ਜਦੋਂ ਹੁਣ ਰਾਜਸਥਾਨ 'ਚ ਵੀ ਜੀਰੀ ਹੋਣ ਲੱਗੀ, ਰਾਜਸਥਾਨ 'ਚ ਵੀ ਕਣਕ ਹੋਣ ਲੱਗੀ, ਸਾਰੀ ਕੰਟਰੀਆਂ 'ਚ ਸਟੇਟਾਂ 'ਚ ਫਸਲ ਹੋਣ ਲੱਗੀ, ਹੁਣ ਇਹ ਸਾਨੂੰ ਕੋਡੀਆਂ ਭਾਅ ਪੁੱਛਦੇ, ਹੁਣ ਸਾਡੇ ਡੰਡੇ ਮਾਰਦੇ ਨੇ, ਸਾਡੀ ਲੋੜ ਨਹੀਂ, ਹੁਣ ਸਾਡੀ ਲੋੜ ਨਹੀਂ। ਜਦੋਂ ਸਾਡੀ ਲੋੜ ਸੀਗੀ ਉਦੋਂ ਸਾਨੂੰ ਇਹ ਕਹਿੰਦੇ ਹਰੀ ਕ੍ਰਾਂਤੀ ਲਿਆਓ, ਅਸੀਂ ਹਰੀ ਕ੍ਰਾਂਤੀ ਦੇ ਵਿੱਚ ਅਸੀਂ ਕੈਂਸਰ ਦੇ ਮਰੀਜ਼ ਹੋ ਗਏ, ਪਾਣੀ ਅਸੀਂ ਆਪਣਾ ਮਕਾਤਾ, ਹੁਣ ਕਿਉਂ ਨਹੀਂ ਲੋੜ ਵੈਸੇ ਤੁਹਾਡੇ ਸਾਹਮਣੇ? ਹੁਣ ਮੇਰੇ ਹਿਸਾਬ ਨਾਲ ਮੈਨੂੰ ਲੱਗਦਾ ਵੀ ਸਾਰੇ ਸਟੇਟਾਂ ਸਟਰਗਲ ਤਾਂ ਵੈਸੇ ਚਲੋ ਪੰਜਾਬ ਨੇ ਬਹੁਤ ਜ਼ਿਆਦਾ ਕੀਤੀ ਹੈ, ਆਜ਼ਾਦੀ 'ਚ ਵੀ ਵੈਸੇ ਵੀ ਸਾਰੇ ਕਿਤੇ ਪੰਜਾਬ ਮੋਹਰੀ ਰਿਹਾ, ਹੁਣ ਸਾਰੀਆਂ ਸਟੇਟਾਂ ਇੱਕ ਦੂਜੇ ਨੂੰ ਦੇਖ ਦੇਖ ਕੇ ਮੋਹਰੀ ਹੁੰਦੀ ਜਾ ਰਹੀਆਂ ਨੇ। ਇੱਕ ਪੰਜਾਬ ਸਟੇਟ ਇਹੋ ਜਿਹੀ ਹੈ ਜਿਹੜੀ ਪੰਜ ਸੂਬਿਆਂ ਦੇ ਵਿੱਚੋਂ, ਪੰਜ ਸਟੇਟਾਂ ਦੇ ਵਿੱਚ ਪਹਿਲੇ ਨੰਬਰ 'ਤੇ ਆਉਂਦੀ ਹੈ, ਮਤਲਬ ਕਿ ਜਿਹੜੀ ਕਿ ਕਿਸਾਨ ਅਤੇ ਫਸਲ ਨਾਲ ਜਾਣੀ ਜਾਂਦੀ ਹੈ। ਹੁਣ ਤਾਂ ਰਾਜਸਥਾਨ ਵੀ, ਮਹਾਰਾਸ਼ਟਰ ਵੀ, ਝਾਰਖੰਡ ਵੀ, ਯੂਪੀ ਵੀ, ਬਿਹਾਰ ਵੀ, ਸਭ ਫਸਲਾਂ 'ਚ ਮੋਹਰੀ ਹੋ ਗਈਆਂ ਨੇ। ਮੇਰੀ ਇੱਕ ਗੱਲ ਪੁੱਛਾਂ, ਆਪਾਂ ਕਹਿੰਦੇ ਹਾਂ ਨਾ ਆਪਣਾ ਆਜ਼ਾਦ ਦੇਸ਼ ਹੈ, ਅਸਲ 'ਚ ਆਜ਼ਾਦ ਦੇਸ਼ ਹੈਗਾ? ਦੇਖੋ ਵੀਰੇ, ਕੁਛ ਖਰੀਆਂ ਗੱਲਾਂ ਮੈਂ ਚਲੋ ਕਹਿਣੀਆਂ ਪੈਂਦੀਆਂ ਨੇ। ਮੈਂ ਰਿਸ਼ਤੇਦਾਰ ਦਾ, ਮੇਰੇ ਫੋਨ ਆਇਆ ਸੀ ਮੇਰੇ ਹਰਿਆਣੇ ਤੋਂ ਪਰਸੋਂ, ਉਹ ਕਹਿੰਦੇ ਵੀ ਤੁਸੀਂ ਆਜ਼ਾਦ ਹੋ। ਮੈਂ ਕਿਹਾ ਕਿਉਂ? ਕਹਿੰਦੇ ਤੁਹਾਡੀ ਸਰਕਾਰ ਦੂਜੀ ਹੈ ਸਾਡੇ, ਕਹਿੰਦੇ ਭਾਜਪਾ। ਮੈਂ ਕਿਹਾ ਫਿਰ ਇਹ ਕੀ ਚੱਕਰ, ਮੈਟਰ ਕੀ ਹੈ? ਕਹਿੰਦੇ ਮੈਟਰ ਇਹ ਹੈ, ਸਾਨੂੰ ਘਰ ਤੋਂ ਨਿਕਲਣ ਨਹੀਂ ਦੇ ਰਹੇ, ਇਹ ਗੁਲਾਮੀ ਆ। ਸਾਡੇ ਘਰ ਬਲਾਸਟ ਗੇਰ ਰਹੇ ਨੇ, ਇਹ ਗੁਲਾਮੀ ਆ। ਸਾਨੂੰ ਧਰਨਾ ਨਹੀਂ ਲੜਨ ਦੇ ਰਹੇ, ਇਹ ਗੁਲਾਮੀ ਹੈ। ਜਦੋਂ ਕਿ ਹਰ ਇੱਕ ਬੰਦੇ ਨੂੰ, ਹਰ ਇੱਕ ਇਨਸਾਨ ਨੂੰ, ਹਰ ਇੱਕ ਧਰਮ ਦੇ ਕਾਸਟ ਦੇ, ਹਰ ਇੱਕ ਇਨਸਾਨ ਨੂੰ, ਹਰ ਇੱਕ ਦੁਕਾਨਦਾਰ ਨੂੰ ਆਪਣਾ ਸਰਕਾਰ ਮੂਹਰੇ ਆਪਣਾ ਹੱਕ ਰੱਖਣ ਦਾ, ਆਪਣਾ ਰਾਈਟ ਮੰਗਣ ਦਾ ਹੱਕ ਹੈ। ਜੰਤਰ ਮੰਤਰ ਦੇ ਧਰਨਾ ਲੈਣਾ, ਹਰ ਇੱਕ ਨੂੰ ਆਪਣੇ EVM ਪਿੱਛੇ ਧਰਨੇ ਲਾਏ ਨੇ, ਵਕੀਲਾਂ ਦੇ ਧਰਨੇ ਲਾਏ ਹੋਏ ਨੇ। ਪਹਿਲਾਂ ਸਪੋਰਟਸ ਵਾਲੇ, ਉਹਨਾਂ ਨੇ ਆਪਣਾ ਕੀ ਨਾਂ ਸੀਗਾ, ਗਰਲਸ ਦੀਆਂ, ਉਹਨਾਂ ਨੇ ਵੀ ਧਰਨੇ ਲਾਏ ਸੀਗੇ, ਅਤੇ ਉਹ ਭੂਸ਼ਣ ਦੇ ਖਿਲਾਫ ਆਪਣੇ ਹੱਕ ਲਈ, ਉਹ ਵੀ ਧਰਨਾ ਉਖੇੜ ਦਿੱਤਾ ਗਿਆ ਸਰਕਾਰਾਂ ਨੇ। ਜਦੋਂ ਕਿ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ, ਇਹਨਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਨੇ, ਕੋਈ ਗੱਲ ਨਹੀਂ, ਥੋੜ੍ਹਾ ਲੰਬਾ ਸਮਾਂ ਲੱਗਦਾ ਪਿੱਛੇ ਵੀ। ਇਹ ਜਿਹੜਾ ਹੁਣ MSP ਦਾ ਮੁੱਦਾ ਚੱਲ ਰਿਹਾ ਸੀ, ਇਹਦੇ ਬਾਰੇ ਥੋੜ੍ਹਾ ਮੈਂ ਗੱਲਾਂ ਕਰਨਾ ਚਾਹੁੰਦਾ ਕਿ ਇਹ 2-3 ਸਾਲ ਪਹਿਲਾਂ ਮੋਦੀ ਜੀ ਨੇ ਆਹ ਮੰਗਾਂ ਮੰਗੀਆਂ ਸੀਗੀਆਂ ਰਿਟਰਨ 'ਚ, ਪਰ ਹੁਣ ਸਰਕਾਰ ਕਿਤੇ ਨਾ ਕਿਤੇ ਉਹ ਤਾਂ ਭੱਜ ਰਹੀ ਆ ਵੀ ਭੱਜਣਾ ਹੀ ਚਾਹੀਦਾ, ਕੋਈ ਗੱਲ ਨਹੀਂ, ਕੁਛ ਹੱਲਾਂ ਕੁਛ ਮਸਲਾ MSP ਕੁਛ ਹੱਲ ਕਰ ਦੇਣ, ਕੁਛ ਨਾ ਕਰਨ, ਕੁਛ ਅਗਲੇ ਟਾਈਮ ਦੇ ਦਿਓ ਕੁਛ ਸਾਨੂੰ, ਕੁਛ ਕੋਈ ਗੱਲ ਨਹੀਂ, ਪਰ ਐਂ ਮਾਰ ਮਰੀ ਨਾਲ ਤਾਂ ਕੋਈ ਮਸਲਾ ਹੱਲ ਨਹੀਂ ਹੋਣਾ ਨਾ, ਹੱਲ ਨਹੀਂ ਹੋਣਾ, ਇਹ ਹੱਲ ਨਹੀਂ ਹੋਣਾ ਹੈਗਾ। ਤੁਹਾਡਾ ਕੀ ਨਾਮ ਹੈ? ਗਿਆਨ ਸਿੰਘ ਜੀ। ਗਿਆਨ ਸਿੰਘ ਜੀ, ਬਾਪੂ ਜੀ ਘਰ 'ਚ ਹੈ ਨਾ, ਕਿੰਨੇ ਜੀ ਨੇ? ਘਰ 'ਚ 11 ਜੀ ਹੈ। 11 ਜੀ, ਹਾਂ। ਕੀ ਗੱਲ ਬਾਪੂ ਜੀ, ਜੀ ਲਾਈ ਰੱਖਦੇ ਨੇ ਸਾਰੇ? ਨਾ ਜੀ, ਕਿੱਥੇ ਰੱਖਿਆ, ਇੱਕ ਬਾਹਰ ਲਿਖਿਆ ਵਾ, ਬਾਕੀ ਆਪਣਾ ਕੰਮ ਕਰ ਰਿਹਾ, ਹੋਰ ਕੀ ਕਰ ਰਿਹਾ, ਤੰਗ ਕਰਿਆ ਗਿਆ ਕੋਈ? ਕੈਨੇਡਾ ਗਿਆ ਵਾ ਮੁੰਡਾ, ਛੋਟਾ ਗਿਆ, ਹਾਂਜੀ, ਨੂੰ ਵੀ, ਜਦੋਂ ਨੂੰ ਵੀ ਕੈਨੇਡਾ, ਹਾਂਜੀ ਹਾਂਜੀ, ਜਿਹੜਾ ਛੋਟਾ ਮੁੰਡਾ ਕੈਨੇਡਾ ਗਿਆ ਹੋਇਆ ਹੈ ਨਾ, ਬਾਪੂ ਨੂੰ ਕਿੰਨੀ ਫਿਕਰ ਆ ਉਹਦੀ? ਬਾਪੂ ਨੂੰ ਤਾਂ ਬਥੇਰੀ ਫਿਕਰ ਵਾ, ਉਸਨੂੰ ਤਾਂ ਨਹੀਂ ਹੈ ਫਿਕਰ ਪੂਰਾ ਵੀ। ਕਿਉਂ ਉਹਨੂੰ ਕਿਉਂ ਨਹੀਂ ਫਿਕਰ? ਕਰ ਰਿਹਾ, ਖਾ ਰਿਹਾ, ਤਾਂ ਐਸ਼ ਕਰ ਰਹੀ ਹੈ ਜਿੱਥੇ ਬੈਠ ਕੇ, ਜਾ ਕੇ, ਹਾਂ ਕੈਨੇਡਾ ਬੈਠੇ ਦੇਖ ਰਿਹਾ ਫਿਰ ਹੈਂ ਨਾ, ਕਿੱਥੇ ਦੇਖ ਰਿਹਾ ਸਾਨੂੰ, ਅਸੀਂ ਇੱਥੇ ਖਿੱਤਾਂ 'ਚ ਬੈਠੇ, ਇੱਥੇ ਨਹੀਂ ਟੀ ਵੀ ਦੇਖ, ਨਹੀਂ ਚੱਲੇਗਾ ਜੀ, ਨਹੀਂ ਕਰੇ। ਅੱਛਾ ਜੀ, ਅੱਛਾ ਬਾਪੂ ਜੀ, ਜਦੋਂ ਕੈਨੇਡਾ ਮੁੰਡਾ ਭੇਜਿਆ ਸੀਗਾ ਹੈ ਨਾ, ਮਾਂ ਹੁੰਦੀ ਹੈ ਨਾ ਜਿਹੜੀ, ਜਦੋਂ ਮੁੰਡਾ ਦੂਰ ਕਰਦੀ ਹੈ ਨਾ ਮਾਂ ਆਪਣੇ ਤੋਂ ਥੋੜ੍ਹਾ ਜਿਹਾ ਵੀ, ਉਹ ਨਾ ਦੁੱਖ ਦੇਖਿਆ ਨਹੀਂ ਜਾਂਦਾ ਵੀ ਮਾਂ ਇਹ ਸੋਚਦੀ ਹੈ ਵੀ ਮੇਰਾ ਮੁੰਡਾ ਪਤਾ ਨਹੀਂ ਕੱਲ੍ਹ ਨੂੰ ਆਏਗਾ ਕਿ ਨਹੀਂ ਆਏਗਾ ਹੈ ਨਾ, ਉੱਥੇ ਖਾਏਗਾ ਵੀ ਕਿ ਨਹੀਂ, ਉਹ ਠੀਕ ਰਹੇਗਾ ਕਿ ਨਹੀਂ, ਉਸ ਚੀਜ਼ ਨੂੰ ਕਿਵੇਂ ਦੇਖ ਰਹੇ ਹੋ ਹੈ ਨਾ, ਵੀ ਰਹਿ ਰਹੇ ਆਪਣਾ ਕਰ ਰਹੇ ਹੋ, ਖਾ ਰਹੇ ਹੋ, ਦੋਏ ਜੀ ਸਾਡਾ ਕੋਈ ਫਿਕਰ ਨਹੀਂ ਉਹਨਾਂ ਨੂੰ, ਨਾ ਦਵਾਈ ਦਾ ਫਿਕਰ ਹੈ, ਨਾ ਬਿਮਾਰੀ ਦਾ ਫਿਕਰ ਹੈ, ਉਹਨਾਂ ਨੂੰ ਉਹਦਾ ਖੇਤਾਂ ਮਾ ਕੰਮ ਕਰ ਰਹੇ, ਆਪਣੀ ਰੋਟੀ ਖਾ ਰਹੇ ਹਾਂ ਵਧੀਆ, ਜਿੰਨੀ ਕੁ ਮਿਲ ਰਹੀ ਹੈ, ਹੋਰ ਕਿਆ।
ਉਹਦਾ ਆਪਣੇ ਕਰਕੇ ਖਾ ਰਹੇ, ਉਹਨਾਂ ਨੂੰ ਕਿਆ ਫਿਕਰਾਂ ਤੋਂ ਬਾਹਰ ਬੈਠ ਕੇ ਜਾ ਕੇ। ਹਾਂ ਜੀ, ਦੋਏ ਜੀ ਆਪਣਾ ਬਾਹਰ ਹੈ, ਆ ਜਾ ਕਦੀ ਹਫ਼ਤੇ ਮੈਂ ਫੋਨ ਚੱਕ ਲਿਆ, ਕਦੀ ਟਾਈਮ ਨਹੀਂ ਹੁੰਦਾ, ਕਦੀ ਕਈ ਪਤਾ ਘਰ ਵਾਲੀ ਕਰਦੀ ਆ ਉਹਦੀ ਹੈਲੋ ਬਾਕੀ ਉਹ ਹੁਣ ਚੈਲ ਵੀ ਪਿਆ ਹੋਇਆ, ਸਾਨੂੰ ਕਿਹੜੇ ਪਤਾ ਲੱਗਦਾ, ਹਲੇ ਕੰਮ 'ਤੇ ਨਹੀਂ ਆਏ, ਕਹਿ ਦਿੰਦੇ ਡਰਾਮਾ ਕਰ ਦਿੰਦੇ ਸਾਡੇ ਕੋਲ। ਵੈਸੇ ਇੱਕ ਗੱਲ ਪੁੱਛਦਾ, ਗੱਲ ਤਾਂ ਸੁਣ, ਵੈਸੇ ਇੱਕ ਗੱਲ ਪੁੱਛਦਾ, ਜੇ ਤੁਹਾਨੂੰ ਮੈਂ ਕੈਨੇਡਾ ਛੱਡ ਦਈਏ ਆਪਾਂ, ਹੈ ਨਾ, ਕੀ ਕਰੋਗੇ ਪਹਿਲਾਂ ਜਾ ਕੇ? ਉੱਥੇ ਦੁਖੀ ਹੋਏਗੇ ਸਭ ਦੇ ਜਾਣ ਤੋਂ, ਉਹ ਤਾਂ ਕਹਿੰਦਾ ਬਾਹਰ ਨਹੀਂ ਨਿਕਲ ਦਿੰਦੇ ਹੈ, ਇੱਥੇ ਜਿੱਥੇ ਜਿਵੇਂ ਮਰਜ਼ੀ ਸਾਈਕਲ ਲੈ ਕੇ ਜਾ, ਜਾਂ ਮੋਟਰਸਾਈਕਲ 'ਤੇ ਵਗ ਜਾਈਏ, ਜਿੱਥੇ ਮਰਜ਼ੀ। ਆਪ ਬਣਾਵੇ ਰਹਿ ਆਪ ਮਿਟਾਵੇ ਰਹਿ, ਬੰਦੇ ਕੇ ਬਸ ਨਾਹੀ, ਕਰਦੇ ਕੌਣ ਵਿਗਾੜ ਜਿਨ੍ਹਾਂ ਕੇ ਰਖਵਾਲੇ ਰਘੂਰਾਈ। ਆਪ ਬਣਾਵੇ ਰਹਿ ਆਪ ਮਿਟਾਵੇ ਰਹਿ, ਬੰਦੇ ਕੇ ਬਸ ਨਾਹੀ, ਕਰਦੇ ਕੌਣ ਵਿਗਾੜ ਜਿਨ੍ਹਾਂ ਕੇ ਰਖਵਾਲੇ ਰਘੂਰਾਈ। ਬਣਖੰਡ ਕੇ ਮੈਂ ਹਿਰਣੀ ਵਿਆਹੀ ਰਹਿ, ਪਾਵੇ ਕਸ਼ਟ ਬਥੇਰਾ, ਦੋ ਬੱਚੇ ਜਨਮੇ ਹਿਰਣੀ ਨੇ, ਨਿਕੜਿਆ ਸੂਰਜ ਸਵੇਰਾ। ਆਣ ਅਪਰਾਧੀ ਦੁਸ਼ਮਨ ਨੇ ਦੀਆ ਚਾਰੋ ਔਰਤ ਘੇਰਾ, ਇੱਕ ਤਰਫ ਮੈਂ ਕੁੱਤਾ ਬਾਂਧ ਲਿਆ, ਦੂਸਰੀ ਨੇ ਜਾਲ ਬਖੇਰਿਆ। ਅਰਥ ਕੀ ਹੈ ਬਾਪੂ ਜੀ ਇਹਦਾ? ਹਿਰਨੀ ਜਦ ਬੰਦੇ ਦੇ ਭੀੜ ਪੈਂਦੀ ਹੈ ਤਾਂ ਭਗਵਾਨ ਨੂੰ ਸਹੀ ਤਰੀਕੇ ਨਾਲ ਯਾਦ ਕਰਦਾ। ਹਿਰਨੀ ਦੇ ਭੀੜ ਪਈ, ਅਪਰਾਧੀ ਨੇ ਜਾਲ ਲਾ ਦਿਆ, ਹਿਰਨੀ ਸੂ ਰਹੀ ਸੀ, ਉਹ ਪੀੜਾ ਦੇ ਵਿੱਚ ਸੀ, ਉਹਨੇ ਭਗਵਾਨ ਨੂੰ ਯਾਦ ਕੀਤਾ, ਝਟਪਟ ਉੱਥੇ ਹੀ ਪ੍ਰਗਟ ਹੋ ਗਏ ਭਗਵਾਨ। ਕੀ ਰੂਪ ਲੈ ਕੇ? ਸੱਪ ਦਾ ਰੂਪ, ਜਿਹੜਾ ਹੱਥ ਦਾ ਤੀਰ ਸੀ ਉਹਦੇ ਡੰਕ ਮਾਰਿਆ, ਉਹਦਾ ਤੀਰ ਛੁੱਟ ਗਿਆ, ਉਹ ਕੁੱਤੇ ਦੇ ਲੱਗਿਆ, ਕੁੱਤੇ 'ਤੇ ਲੱਗਿਆ। ਤਾਂ ਜਦ ਹਵਾ ਆਈ ਉਹ ਅਗਨੀ ਨੂੰ ਦੂਸਰੇ ਪਾਸੇ ਕਰਦਾ, ਹਿਰਨੀ ਨੂੰ ਰਸਤਾ ਮਿਲ ਗਿਆ। ਬਹੁਤ ਬਹੁਤ ਧੰਨਵਾਦ ਬਾਪੂ, ਥੈਂਕ ਯੂ ਜੀ। ਜੇ ਤੁਸੀਂ ਵੀ ਚਾਹੁੰਦੇ ਹੋ ਆਪਣੇ ਪਿੰਡ ਬੁਲਾਉਣਾ ਤਾਂ ਕਮੈਂਟਾਂ 'ਚ ਲਾ ਦਿਓ ਫਿਰ ਆਪਣੇ ਪਿੰਡ ਦਾ ਨਾਂ, ਅਤੇ ਸਾਨੂੰ ਬੁਲਾਓ, ਅਤੇ ਮੈਨੂੰ ਦਿਓ ਇਜਾਜ਼ਤ, ਫਿਰ ਲੈ ਕੇ ਆਵਾਂਗੇ ਤੁਹਾਡਾ ਆਪਣਾ ਸ਼ੋਅ ਪਿੰਡੋ ਪਿੰਡ। ਸਤਿ ਸ਼੍ਰੀ ਅਕਾਲ।